ਪਿੰਡ ਤਰੀਕੇ ਦੇ ਪਟਵਾਰੀ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੇ ਗਏ ਹਮਲੇ ਨੂੰ ਲੈ ਕੇ ਅੱਜ ਲੁਧਿਆਣਾ ਦੇ ਸਾਰੇ ਕਾਨੂੰਗੋ ਅਤੇ ਪਟਵਾਰੀਆਂ ਨੇ ਹੜਤਾਲ ਕਰ ਦਿੱਤੀ ਅਤੇ ਬਚਤ ਭਵਨ ਦੇ ਨਜ਼ਦੀਕ ਕਚਹਿਰੀਆਂ ਵਿਖੇ ਰੋਸ ਧਰਨਾ ਦਿੱਤਾ ਗਿਆ ਅਤੇ ਹਮਲਾਵਾਰਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਉਹ ਤਰੀਕੇ ਦੇ ਸਾਡੇ ਦੀਪ ਕੁਮਾਰ ਸਿੰਗਲਾ ਜੀ ਜੋ ਪਟਵਾਰੀ ਸਾਹਿਬ ਸਨ ਉਹਨਾਂ 'ਤੇ ਚਾਰ ਅਣਪਛਾਤੇ ਵਿਅਕਤੀਆਂ ਨੇ ਉਹਨਾਂ ਦੇ ਦਫ਼ਤਰ ਦੇ ਵਿੱਚ ਜਾ ਕੇ ਹਮਲਾ ਕੀਤਾ ਜਾਨਲੇਵਾ। ਜਦੋਂ ਕਿ ਉਹ ਪਟਵਾਰੀ ਨੂੰ ਜੇ ਸਰ ਲੱਗੇ ਨੂੰ ਵੀ ਇੱਕ ਦਿਨ ਹੋਇਆ ਸੀ ਅਤੇ ਉਹ ਮਤਲਬ ਕੁਦਰਤ ਦਾ ਹੀ ਸਾਥ ਉਹਨੂੰ ਮਿਲਿਆ ਵੀ ਉਹਨਾਂ ਨੇ ਬੰਦਿਆਂ ਨੇ ਮਾਰਨ ਵਾਲੀ ਕੋਈ ਕਸਰ ਨਹੀਂ ਛੱਡੀ ਅਤੇ ਪਰ ਭਾਵੇਂ ਪੁਲਿਸ ਨੇ ਆਪਣੀ ਕਾਰਗੁਜ਼ਾਰੀ ਤੋਂ ਅਸੀਂ ਖੁਸ਼ ਹਾਂ ਅੱਜ ਤੱਕ ਜੋ ਕਰ ਰਹੇ ਨੇ, ਪਰ ਜੇ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਨੇ ਕੋਈ ਢਿੱਲ ਵਰਤੀ ਤਾਂ ਸਾਡੇ ਅੱਜ ਜ਼ਿਲ੍ਹਾ ਲੁਧਿਆਣੇ ਦੇ ਸਾਰੇ ਕਾਨੂੰਗੋ ਅਤੇ ਪਟਵਾਰੀ ਸਾਹਿਬਾਨ ਰੋਸ ਵਜੋਂ ਉਹ ਅੱਜ ਸਾਰੇ ਹੜਤਾਲ 'ਤੇ ਨੇ। ਪਰ ਜੇਕਰ ਮੁਲਜ਼ਮ ਜਿਹੜੇ ਆ ਉਹ ਨਹੀਂ ਫੜੇ ਜਾਂਦੇ 24 ਘੰਟਿਆਂ 'ਚ ਤਾਂ ਸੋਮਵਾਰ ਤੋਂ 16 ਤਰੀਕ ਤੋਂ ਜ਼ਿਲ੍ਹਾ ਲੁਧਿਆਣੇ ਦੇ ਸਮੁੱਚੇ ਪਟਵਾਰੀ ਅਤੇ ਕਾਨੂੰਗੋ ਜਿਹੜੇ ਆ ਉਹ ਅਣਮਿੱਥੇ ਸਮੇਂ ਲਈ ਸਟ੍ਰਾਈਕ 'ਤੇ ਚਲੇ ਜਾਣਗੇ। ਔਰ ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਦੀ ਵੀ ਮੀਟਿੰਗ ਅਸੀਂ 14 ਤਰੀਕ ਨੂੰ ਇਸੇ ਸਥਾਨ ਦੇ ਉੱਤੇ ਬਚਤ ਭਵਨ ਵਿਖੇ ਸੱਦ ਲਈ ਆ। ਅਸੀਂ ਵੀ ਆਪਣਾ ਪੰਜਾਬ ਦਾ ਫੈਸਲਾ ਜੇ ਕੋਈ ਨਹੀਂ ਕਾਰਗੁਜ਼ਾਰੀ 'ਚ ਕੋਈ ਸਾਨੂੰ ਢਿੱਲ ਨਜ਼ਰ ਆਈ ਤਾਂ ਅਸੀਂ ਵੀ ਉਸ ਦਿਨ ਇਸ ਮਾਮਲੇ ਦੇ ਉੱਤੇ ਆਪਣਾ ਜਿਹੜਾ ਫੈਸਲਾ ਕਰਾਂਗੇ। ਇਹ ਅਜੇ ਤੱਕ ਨਹੀਂ ਪਤਾ ਲੱਗਿਆ, ਉਹ ਨਵਾਂ ਬੱਚਾ ਹੈ, ਉਹਦੀ ਤਾਂ ਕਿਸੇ ਨਾਲ ਰੰਜਿਸ਼ ਵਾਲੀ ਵੀ ਕੋਈ ਗੱਲ ਨਹੀਂ ਲੱਗਦੀ ਅਤੇ ਫਿਰ ਉਹ ਇਸ ਕਮਿਊਨਿਟੀ 'ਚੋਂ ਮਤਲਬ ਲਾਲ ਬਿਜ਼ਨਸਮੈਨ ਬੰਦੇ ਉਹ ਬੱਚੇ ਦੀ ਤਾਂ ਕੋਈ ਇਸ ਤਰ੍ਹਾਂ ਦੀ ਕੋਈ ਦੁਸ਼ਮਣ ਵਾਲੀ ਗੱਲ ਲੱਗਦੀ ਨਹੀਂ। ਨਵਾਂ ਬੱਚਾ ਉਹ ਔਰ ਸਾਊ ਹੈ ਜੋ ਸ਼ਰੀਫ ਹੈ, ਮੈਂ ਨਾਲ ਦੇ ਪਟਵਾਰੀਆਂ ਤੋਂ ਪੁੱਛਿਆ ਵੀ ਐਸੀ ਉਹਦੀ ਕੋਈ ਗੱਲ ਹੈ ਹੀ ਨਹੀਂ। ਇਹ ਕੱਲ੍ਹ ਦਾ ਹੀ ਮਾਮਲਾ ਹੈ, ਤਰੀਕੇ ਪਟਵਾਰ ਸਰਕਲ ਦੇ ਵਿੱਚ ਤਰੀਕੇ ਦੇ ਪਟਵਾਰੀ ਲੱਗਿਆ ਸੀ, ਉਹ ਪਟਵਾਰੀ ਸਾਹਿਬ ਜਿਹੜੇ ਆ ਦੀਪ ਕੁਮਾਰ ਸਿੰਗਲਾ ਜੀ, ਅਤੇ ਕੱਲ੍ਹ ਹੀ ਉਹਨਾਂ 'ਤੇ ਜਾਨਲੇਵਾ ਹਮਲਾ ਕੱਲ੍ਹ ਹੀ ਹੋਇਆ, ਪਹਿਲੇ ਦਿਨ ਅਜੇ ਜੁਆਇਨ ਕਰਿਆ ਸੀ ਜਾ ਕੇ ਉਹਨਾਂ ਨੇ। ਪ੍ਰਸ਼ਾਸਨ ਤੋਂ ਤਾਂ ਅਸੀਂ ਪ੍ਰਸ਼ਾਸਨ ਵੈਸੇ ਸਾਡਾ ਸਾਥ ਦੇ ਰਿਹਾ ਪੂਰਾ, ਐਸੀ ਗੱਲ ਨਹੀਂ, ਪਰ ਅਸੀਂ ਮੰਗ ਇਹੀ ਕਰਦੇ ਹਾਂ ਵੀ ਇਹਦੇ ਕੰਮ ਦੇ ਵਿੱਚ ਢਿੱਲ ਨਹੀਂ ਹੋਣੀ ਚਾਹੀਦੀ, ਪੁਲਿਸ ਨੂੰ ਆਪਣਾ ਸਾਰਾ ਤੰਤਰ ਜਿਹੜਾ ਇਸ ਗੱਲ ਦੇ ਉੱਤੇ ਲਾ ਦੇਣਾ ਚਾਹੀਦਾ, ਕਿਉਂਕਿ ਮੇਰੇ ਆਪਣੇ 27 ਸਾਲ ਦੀ ਸਰਵਿਸ ਹੋ ਗਈ ਵੀ ਕਦੇ ਇਸ ਤਰ੍ਹਾਂ ਦੀ ਘਟਨਾ ਜਿਹੜੀ ਆ ਉਹ ਸਾਡੇ ਵਰਗ ਦੇ ਨਾਲ ਨਹੀਂ ਵਾਪਰੀ। ਔਰ ਨਾਲੇ ਬਿਲਕੁਲ ਨਵਾਂ ਫਰੈਸ਼ ਬੱਚਾ ਜੇ ਉਹਦੇ 6 ਮਹੀਨੇ ਜੇ ਉਹਨੂੰ ਅਜੇ ਪਟਵਾਰ ਦੇ ਵਿੱਚ ਆਏ ਨੂੰ ਹੋਏ ਨੇ, ਸਾਡੀ ਮੰਗ ਆ ਵੀ ਉਹ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਜਿਹੜੀ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਮੁੜ ਕੇ ਇਹੋ ਜਿਹੀ ਘਟਨਾ ਪੰਜਾਬ ਦੇ ਵਿੱਚ ਕਿਤੇ ਵੀ ਨਾ ਵਾਪਰੇ। ਅੱਜ ਅਸੀਂ ਜਿਹੜਾ ਅੱਜ ਰੋਸ ਧਰਨਾ ਦੇ ਰਹੇ ਹਾਂ ਇੱਥੇ, ਕੱਲ੍ਹ ਸਾਡੇ ਪਟਵਾਰੀ ਦੀਪਕ ਸਿੰਗਲਾ ਜੀ ਜੋ ਕਿ ਤਰੀਕੇ ਪਟਵਾਰ ਸਰਕਲ 'ਚ ਕੰਮ ਕਰ ਰਹੇ ਸੀ ਜੋ ਕਿ ਪੱਛਮੀ 'ਚ ਪੈਂਦਾ, ਉਹਨਾਂ ਨੂੰ ਕੱਲ੍ਹ ਸੁਬਹਾ ਤਕਰੀਬਨ 11 ਕੁ ਵਜੇ ਦੇ ਗੇੜ ਕੋਈ ਅਣਪਛਾਤੇ ਦੋ ਮੋਟਰਸਾਈਕਲਾਂ 'ਤੇ ਸਵਾਰ ਆਏ ਅਤੇ ਉਹਨਾਂ 'ਤੇ ਜਾਨਲੇਵਾ ਹਮਲਾ ਕੀਤਾ ਕਿਰਚਾਂ ਦੇ ਨਾਲ, ਜੋ ਕਿ ਬਹੁਤ ਨਿੰਦਣਯੋਗ ਆ। ਇਹ ਜਿਹੜਾ ਮਸਲਾ ਸੀਗਾ ਇਹਦੇ ਵਿੱਚ ਉਹ ਜਿਹੜਾ ਸਾਡਾ ਸਾਥੀ ਸੀ ਉਹ ਹਲੇ ਉਹਨੇ ਇੱਕ ਦਿਨ ਪਹਿਲਾਂ ਹੀ ਜੁਆਇਨ ਕਰਿਆ ਸੀਗਾ, ਇਹਦੇ ਪਾਸੇ ਕੋਈ ਉਹਦੇ ਬਾਰੇ ਉਹਦੇ ਪਰਿਵਾਰ ਵੱਲੋਂ ਜਾਂ ਉਹਦੇ ਕਿਸੇ ਸਾਥੀ ਵੱਲੋਂ ਜੋ ਉਹਦੇ ਨਾਲ ਰਹੇ ਹਾਂ ਕੋਈ ਗੱਲਬਾਤ ਨਹੀਂ ਸੀਗੀ। ਇਹ ਕਿਹੜੀ ਰੰਜਿਸ਼ ਆ, ਇਹ ਸਾਡੀ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲ ਹੋਈ ਆ ਵੀ ਉਹ ਵੀ ਕਹਿੰਦੇ ਆ ਵੀ ਸਾਥੀ ਜੀ ਅਸੀਂ ਤੁਹਾਨੂੰ ਪ੍ਰਧਾਨ ਜੀ ਸਾਡੇ ਮੋਹਨ ਸਿੰਘ ਭੇੜਪੁਰਾ ਨੇ ਗੱਲ ਕਰੀ ਆ, ਉਹ ਕਹਿੰਦੇ ਅਸੀਂ ਤੁਹਾਨੂੰ 4 ਘੰਟੇ ਦੇ ਵਿੱਚ ਇਹਦਾ ਜਿਹੜਾ ਮਸਲਾ ਤੁਹਾਨੂੰ ਹੱਲ ਕਰਕੇ ਦਿਖਾਵਾਂਗੇ। ਜਿਹੜੇ ਇਸ ਰੋਸ ਦੇ ਵਿੱਚ ਅੱਜ ਅਸੀਂ ਬੰਦ ਕਰਿਆ ਹੋਇਆ ਵਾ, ਪਰ ਅਸੀਂ ਪ੍ਰਸ਼ਾਸਨ ਨੂੰ ਤੋਂ ਸਾਨੂੰ ਬਹੁਤ ਸਹਿਯੋਗ ਮਿਲ ਲਿਆ, ਪਰ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਅੱਜ ਤੱਕ ਦਾ ਦੋ ਤੁਸੀਂ ਕਾਰਵਾਈ ਕਰੀ ਆ ਉਹ ਸ਼ਲਾਘਾਯੋਗ ਆ, ਪਰ ਸਾਡਾ ਰਿਜ਼ਲਟ ਜੇ ਤੁਹਾਨੂੰ ਸੋਮਵਾਰ ਤੱਕ ਨਾਮ ਰਿਜ਼ਲਟ ਮਿਲਿਆ ਤਾਂ ਸੋਮਵਾਰ ਨੂੰ ਅਸੀਂ ਸਾਰਾ ਹੀ ਜ਼ਿਲ੍ਹਾ ਕਲਮ ਛੋੜ ਹੜਤਾਲ 'ਤੇ ਜਾਵਾਂਗੇ, ਜੋ ਉਹਦੀ ਜ਼ਿੰਮੇਵਾਰੀ ਹੋਊ ਪ੍ਰਸ਼ਾਸਨ ਦੀ ਹੋਊਗੀ। ਸਕਿਉਰਟੀ ਦੀ ਸਾਥੀ ਜੀ ਹਾਂ ਬਿਲਕੁਲ, ਸਾਨੂੰ ਅਸੀਂ ਤਾਂ ਇਸ ਚੀਜ਼ ਨੂੰ ਪਹਿਲਾਂ ਤੋਂ ਕਹਿੰਦੇ ਹਾਂ ਵੀ ਸਾਡੇ ਪਟਵਾਰਖਾਨੇ ਇਕੱਠੇ ਹੋਣ, ਸਾਡੇ ਉੱਥੇ ਚੌਂਕੀਦਾਰ ਦਾ ਹੋਰ ਰਾਤ ਦੇ ਚੌਂਕੀਦਾਰ ਦਾ ਵੀ ਇੰਤਜ਼ਾਮ ਹੋਣਾ ਚਾਹੀਦਾ ਵਾ ਤਾਂ ਜੋ ਸਾਡੀ ਸੁਰੱਖਿਆ ਦਾ ਰਿਕਾਰਡ ਵੀ ਸੁਰੱਖਿਅਤ ਰਹੇ ਅਤੇ ਇਹ ਚੀਜ਼ ਵੀ ਸੁਰੱਖਿਅਤ ਹੋਵੇ। ਉਹ ਅਸੀਂ ਸੋਮਵਾਰ ਤੋਂ ਕਲਮ ਛੋੜ ਪੈਂਡਿੰਗ ਸਰਕਾਰ ਲਗਾਤਾਰ ਜਾਰੀ ਹੋਊਗੀ ਸਰ। ਕੈਮਰਾਮੈਨ ਟਿੰਕੂ ਦੇ ਨਾਲ ਰਾਜੂ ਪਾਟੀਆ ਦੀ ਰਿਪੋਰਟ, KDT ਨਿਊਜ਼ ਲੁਧਿਆਣਾ।